ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਕਿ ਆਪ ਸਭ ਜਾਣਦੇ ਹੋ, ਰਿਫਰੈਂਡਮ 2020 ਅਤੇ ਖਾਲਿਸਤਾਨ ਮੂਵਮੈਂਟ ਦੇਸ਼ਾਂ ਤੋਂ ਵਿਦੇਸ਼ਾਂ ਤੱਕ ਜ਼ੋਰਾਂ 'ਤੇ ਚੱਲ ਰਹੀ ਹੈ, ਜਿਸ ਦੇ ਚੱਲਦਿਆਂ ਹਾਲ ਹੀ ਦੇ ਵਿੱਚ ਅੰਮ੍ਰਿਤਸਰ ਹਾਈਵੇ ਤੋਂ 2 ਖਾਲਿਸਤਾਨੀ ਸਮਰਥਕ ਪੁਲਿਸ ਦੇ ਹੱਥੇ ਚੜ੍ਹੇ। ਇਹਨਾਂ ਖਾਲਿਸਤਾਨੀ ਸਮਰਥਕਾਂ ਨੂੰ ਪੁਲਿਸ ਨੇ ਹਥਿਆਰਾਂ ਸਣੇ ਕਾਬੂ ਕੀਤਾ ਹੈ। ਦਰਅਸਲ ਇਹਨਾਂ ਦੋਹਾਂ ਵਿਅਕਤੀਆਂ ਦੀ ਬਠਿੰਡਾ ਅੰਮ੍ਰਿਤਸਰ ਹਾਈਵੇ 'ਤੇ ਇੱਕ ਸਕਾਰਪੀਓ ਗੱਡੀ ਨਾਲ ਟੱਕਰ ਹੋ ਗਈ ਸੀ, ਜਿਸ ਉਪਰੰਤ ਪੁਲਿਸ ਨੂੰ ਵੇਖ ਕੇ ਇਹਨਾਂ ਦੋਹਾਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਇਹਨਾਂ ਦੋਹਾਂ ਦੀ ਤਲਾਸ਼ੀ ਲਈ ਤਾਂ ਇਹਨਾਂ ਦੋਹਾਂ ਕੋਲੋਂ ਪਿਸਟਲਸ ਅਤੇ 40 ਜਿੰਦਾ ਕਾਰਤੂਸ ਬਰਾਮਦ ਹੋਏ। ਇਸ ਉਪਰੰਤ ਇਹਨਾਂ ਦੋਹਾਂ ਤੋਂ ਇਹ ਸਾਹਮਣੇ ਆਇਆ ਕਿ ਇਹਨਾਂ ਦੋਹਾਂ ਨੂੰ ਪੰਜਾਬ ਵਿੱਚ ਟਾਰਗੇਟ ਕਿਲਿੰਗ ਵਾਸਤੇ ਪ੍ਰੋਜੈਕਟ ਕੀਤਾ ਜਾ ਰਿਹਾ ਸੀ। ਇਹਨਾਂ ਵਿੱਚੋਂ ਇੱਕ ਸੰਦੀਪ ਸਿੰਘ ਬਠਿੰਡਾ ਦਾ ਰਹਿਣ ਵਾਲਾ ਹੈ, ਜਦਕਿ ਦੂਸਰਾ ਅਮਰ ਸਿੰਘ ਹਰਿਆਣਾ ਡੱਬਵਾਲੀ ਦਾ ਰਹਿਣ ਵਾਲਾ ਹੈ। ਆਖਿਰ ਪੁਲਿਸ ਨੇ ਇਹਨਾਂ ਬਾਰੇ ਕੀ ਕਿਹਾ, ਆਓ ਸੁਣਦੇ ਹਾਂ। ਇਹ ਅਭੀ ਤੱਕ ਜੋ ਹਮਾਰੀ ਇਨਵੈਸਟੀਗੇਸ਼ਨ ਹੋਈ ਹੈ, ਪੁੱਛਗਿੱਛ ਹੋਈ ਹੈ, ਜੋ ਪੁੱਛਤਾਛ ਕਰੀ ਹੈ ਹਮਨੇ, ਉਸਮੇ ਯਹੀ ਆਇਆ ਕਿ ਇਨਕੋ ਖਾਲਿਸਤਾਨੀ ਹੈਂਡਲਰਸ ਹੈਂਡਲ ਕਰ ਰਹੇ ਥੇ, ਜੋ ਕਿ ਆਊਟਸਾਈਡ ਇੰਡੀਆ ਸਿਚੁਏਟਡ ਹੈ, ਔਰ ਇਨਕੋ ਟਾਰਗੇਟਡ ਕਿਲਿੰਗਸ ਕੇ ਲਿਏ ਯੂਜ਼ ਕੀਆ ਜਾਣਾ ਥਾ, ਉਸਕੇ ਲਿਏ ਇਨਕੋ ਵੈਪਨ ਦੀਏ ਗਏ। ਮਤਲਬ ਇਨਕੀ ਥੋੜ੍ਹੀ ਸੀ ਪੁੱਛਤਾਛ ਕਰੀ ਗਈ ਹੈ, ਤੋ ਯੇ ਵੀ ਇਨਫਲੂਐਂਸਡ ਹੈ ਗੁਰਜੰਟ ਸਿੰਘ ਸੇ, ਜਿਸਕੀ ਕਿ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਨਾਮ ਕਾ ਗਰੁੱਪ ਹੈ। ਇਨਕਾ ਇੱਕ ਸਬ ਗਰੁੱਪ ਹੈ ਖਾਲਿਸਤਾਨ ਜ਼ਿੰਦਾਬਾਦ, ਵੋ ਐਫੀਲੀਏਟਡ ਹੈ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਸੇ। ਯੇ ਉਸਕੀ ਫੇਸਬੁੱਕ ਪੇ ਵੀਡੀਓਜ਼ ਵਗੈਰਾ ਵੀ ਦੇਖਤੇ ਰਹੇ ਔਰ ਉਸਕੋ ਫਾਲੋ ਵੀ ਕਰਤੇ ਰਹੇ, ਤੋ ਦੇ ਆਰ ਇਨਫਲੂਐਂਸਡ ਬਾਈ ਹਿਮ, ਤੋ ਹੋ ਸਕਤਾ ਹੈ ਕਿ ਉਸਕਾ ਇਸਮੇ ਵੀ ਰੋਲ ਹੈ। ਗੁਰਪਿਆਰੇ, ਪੁਲਿਸ ਵੱਲੋਂ ਕੋਟਕਪੁਰਾ 'ਚ ਇਹਨਾਂ ਖਿਲਾਫ਼ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅਤੇ ਪੂਰੀ ਗਹਿਰਾਈ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ। ਪਰ ਸੋਚਣ ਵਾਲੀ ਗੱਲ ਹੈ ਕਿ ਟਾਰਗੇਟ ਕਿਲਿੰਗ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਆਖਿਰ ਕਿਸ ਨੂੰ ਫਾਇਦਾ ਹੋ ਸਕਦਾ ਹੈ, ਕਿਸੇ ਦੀ ਮੌਤ ਉਪਰੰਤ ਆਖਿਰ ਕਿਸ ਨੂੰ ਫਾਇਦਾ ਹੋ ਸਕਦਾ ਹੈ। ਅਸੀਂ ਪਹਿਲਾਂ ਵੀ ਗੁਰਬਾਣੀ ਅਖੰਡ ਬਾਣੀ ਦੇ ਜ਼ਰੀਏ ਇਹੀ ਅਪੀਲ ਕਰ ਚੁੱਕੇ ਹਾਂ ਕਿ ਕੋਈ ਅਜਿਹਾ ਕਾਰਜ ਨਹੀਂ ਹੁੰਦਾ ਜਿਸ ਨੂੰ ਸੱਚਾਈ ਅਤੇ ਇਮਾਨਦਾਰੀ ਦੇ ਨਾਲ ਪੂਰਾ ਨਾ ਕੀਤਾ ਜਾ ਸਕੇ, ਪਰ ਮਾੜੇ ਕੰਮ ਕਰਨ ਦਾ ਨਤੀਜਾ ਹਮੇਸ਼ਾ ਮਾੜਾ ਹੀ ਨਿਕਲਦਾ ਹੈ। ਇਸ ਕਰਕੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਾਨੂੰ 100 ਵਾਰ ਜ਼ਰੂਰ ਸੋਚਣਾ ਪੜਦਾ ਹੈ, ਤਾਂ ਜੋ ਕਿਸੇ ਵੀ ਮਾਂ ਦੇ ਪੁੱਤ ਦੇ ਉੱਤੇ ਕੋਈ ਵੀ ਕਾਜ ਨਾ ਗਿਰ ਸਕੇ। ਜੇ ਵਿਚਾਰ ਚੰਗੇ ਲੱਗੇ ਹੋਣ, ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟ 'ਚ ਤੁਸੀਂ ਵਿਅਕਤ ਕਰ ਹੀ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।